दोस्तों आज पंजाब दे विच किते भी कोई फंक्शन होना होवे जां मंत्री ने आना होवे, चीफ मिनिस्टर ने आना होवे, डिप्टी सीएम ने आना होवे, जे पहला तां ओह आउंदे नहीं। बहुत ही पिंडां वाले जा जा के मिन्नतां करदे ने, जां जथेदार तुहाडे कोल होण जिन्हां दी उन्हें उत्थे चलदी होवे, जिहड़े उस घर दे अंदर वड़ सकदे होण, तां किते जा के साडी उस विच बारी खुलदी आ। जे आना होवे तां सारे इलाके दे विच कुत्तियां दे ਉਹ ਆ ਜਾਂਦੇ ਨੇ ਝੁੰਡ, ਜਿਹੜੇ ਕਿ ਦਰਖਤਾਂ ਨੂੰ ਸੁੰਘਦੇ ਨੇ, ਪੈੜਾਂ ਨੂੰ ਸੁੰਘਦੇ ਨੇ, ਘਰਾਂ ਨੂੰ ਸੁੰਘਦੇ ਨੇ, ਦਰਵਾਜ਼ਿਆਂ ਨੂੰ ਸੁੰਘਦੇ ਨੇ। ਇੰਨੇ ਲੋਕ, ਇੰਨੀ ਪੁਲਿਸ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਕੋਈ ਕੁਛ ਜੰਗ ਲੱਗਣ ਵਾਲੀ ਹੈ, ਜੰਗ ਲੱਗ ਗਈ ਹੈ। ਖਬਰੇ ਕਿਸੇ ਲੁਟੇਰੇ ਨੂੰ ਫੜਨਾ, ਖਬਰੇ ਕਿਸੇ ਡਾਕੂ ਨੂੰ ਫੜਨ ਲਈ ਉਹ ਬਹੁਤ ਵੱਡਾ ਉੱਥੇ ਸਾਰੇ ਪਾਸੇ ਤਾਣਾ ਬਾਣਾ ਵਿਛਾਇਆ ਜਾਂਦਾ ਹੈਗਾ। ਅਸੀਂ ਕਿਸ ਤਰ੍ਹਾਂ ਮਿਲਾਂਗੇ ਫਿਰ ਜਦੋਂ ਲੋਕ ਜਿਨ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ? ਨਾ ਅਸੀਂ ਕਿਸੇ ਜਥੇਦਾਰ ਨੂੰ ਜਾਣਦੇ ਹੋਈਏ, ਨਾ ਕਿਸੇ ਲੀਡਰ ਨੂੰ ਜਾਣਦੇ ਹੋਈਏ, ਨਾ ਸਾਨੂੰ ਗਾਂਹ ਲੰਘਣ ਦੇਣ ਇਹ ਲੋਕ। ਇਹ ਚੀਜ਼ਾਂ ਅੱਜ ਇੰਨੇ ਬੁਖਲਾਟ ਵਿੱਚ ਆ ਗਏ ਨੇ ਲੋਕ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਰੀਏ ਕੀ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਜਾਈਏ ਕਿੱਥੇ। ਇਹ ਸਾਡੇ ਹੀ ਪਿੰਡ 'ਚੋਂ, ਸਾਡੇ ਹੀ ਸ਼ਹਿਰ 'ਚੋਂ, ਸਾਡੇ ਹੀ ਮਹੱਲੇ ਤੋਂ ਸਾਡੀਆਂ ਹੀ ਵੋਟਾਂ ਲੈ ਕੇ ਗਏ ਨੇ। ਇਹ ਸਾਡੇ ਉੱਤੇ ਹੀ, ਸਾਡੇ ਹੀ ਨੇਤਾ ਬਣੇ ਨੇ, ਅਸੀਂ ਬਣਾਏ ਨੇ ਆਪਣੇ ਹੱਥਾਂ ਦੇ ਨਾਲ, ਅਸੀਂ ਇਹਨਾਂ ਨੂੰ ਮਿਲ ਵੀ ਨਹੀਂ ਸਕਦੇ। ਸਾਡੇ ਲਈ ਮਿਲਣਾ ਇੰਨਾ ਮੁਸ਼ਕਲ ਹੋ ਗਿਆ ਹੈ ਕਿ ਤੁਸੀਂ ਪੁੱਛੋ ਨਾ। ਜਿੱਦਾਂ ਰੱਬ ਨਹੀਂ ਲੱਭਦਾ ਲੋਕਾਂ ਨੂੰ, ਇੱਦਾਂ ਹੀ ਹੁਣ ਸਾਨੂੰ ਇਹ ਨੇਤਾ ਨਹੀਂ ਲੱਭਦੇ। ਦਿੱਲੀ ਦੇ ਵਿੱਚ ਹਰੇਕ MLA ਹਰ ਵੇਲੇ ਇੱਕ ਦੂਸਰੇ ਗਲੀ ਮਹੱਲੇ 'ਚ ਤੁਰਿਆ ਫਿਰਦਾ ਹੈ, ਉਹਦੀਆਂ ਜਿਹੜੀਆਂ ਗਰੰਟਾਂ ਆਉਂਦੀਆਂ ਉਹਨਾਂ ਨੂੰ ਪੁੱਛ ਕੇ ਵਰਤਿਆ ਜਾਂਦਾ ਹੈ। ਅਸੀਂ ਵੀ ਇਹ ਪੰਜਾਬ ਦੇ ਵਿੱਚ ਇੱਦਾਂ ਹੀ ਕਰਨਾ ਹੈਗਾ। ਜਦੋਂ ਤੁਸੀਂ ਆਪਣਾ ਰਾਜ ਸਾਜ ਲਿਆ, ਆਪਣਾ ਰਾਜ ਬਾਜ ਸਭ ਕੁਛ ਆਲੇ ਦੁਆਲੇ ਢਾਂਚਾ ਸਿਰਜ ਲਿਆ ਆਪਣੇ ਹੱਥਾਂ ਦੇ ਨਾਲ, ਆਪਣੀ ਰੂਹ ਦੇ ਨਾਲ, ਤੁਸੀਂ ਵੀ ਦੇਖੋਗੇ ਕਿ ਤੁਹਾਡੇ ਪੈਸੇ ਤੁਹਾਡੇ ਹੀ ਕੰਮਾਂ 'ਤੇ ਲੱਗਣਗੇ। ਤੁਹਾਡੇ ਅੜਚਣਾਂ ਨਹੀਂ ਆਉਣਗੀਆਂ ਰਾਹਾਂ ਦੇ ਵਿੱਚ ਕਿ ਮਿਲਣਾ ਸੀ ਮੈਂ ਮੰਤਰੀ ਨੂੰ ਜਾਂ ਆਪਣੇ MLA ਨੂੰ, ਆਪਣੇ ਇਲਾਕੇ ਦੇ ਨੂੰ। ਤੁਸੀਂ ਦੇਖ ਲਿਓ, ਇਹ ਤੁਸੀਂ ਕਰਨਾ ਹੈਗਾ, ਇਹ ਤੁਸੀਂ ਕਰਕੇ ਵਿਖਾਓਗੇ। ਤੁਸੀਂ ਕੀਤਾ, ਦਿੱਲੀ ਕੀਤਾ, ਪੰਜਾਬ ਨੇ 4 MP ਦੇ ਕੇ ਪਹਿਲੀ ਉਦਾਹਰਣ ਇਹ ਸਾਰੀ ਦੁਨੀਆ ਨੂੰ ਦਿਖਾਈ ਹੈਗੀ ਆ ਕਿ ਪੰਜਾਬੀ ਜਿੱਧਰ ਲੱਗ ਜਾਣ ਇਹ ਤਾਂ ਤਬਾਹ ਕਰਦੇ ਨੇ, ਇਹ ਵਹਿਣ ਨੇ, ਇਹ ਤੁਸੀਂ ਲੋਕਾਂ ਦੇ ਵਹਿਣਾ ਨੇ, ਸਾਰਾ ਕੁਛ ਕਰਨਾ ਇਹ ਹੁੰਝਾ ਫੇਰਨਾ ਹੈਗਾ। ਮੈਨੂੰ ਤਾਂ ਤੁਹਾਡੇ 'ਤੇ ਬਹੁਤ ਹੀ ਯਕੀਨ ਹੈ, ਮੈਨੂੰ ਤੁਹਾਡੇ 'ਤੇ ਬਹੁਤ ਆਸ ਹੈ, ਬਹੁਤ ਉਮੀਦਾਂ ਨੇ। ਤੁਸੀਂ ਕਰੋਗੇ, ਤੁਸੀਂ ਕਰਕੇ ਦਿਖਾਓਗੇ, ਆਪਾਂ ਕਰਾਂਗੇ, ਲੋਕ ਕਰਨਗੇ। ਜੈ ਹਿੰਦ।